ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ ਨੇ? ਵਧੀਆ ਸਾਰੇ। ਅੱਜ ਦੀ ਵੀਡੀਓ ਹੈਗੀ ਆ ਚੈਨਾ ਪਾਉਣੀਆਂ, ਮਤਲਬ ਟਰੱਕ ਦੇ ਝਾਂਜਰਾਂ ਪਾਉਣੀਆਂ। ਚਲੋ ਹੁਣ ਆਪਾਂ ਟਾਈਮ ਨਾ ਵੇਸਟ ਕਰਦੇ ਹੋਏ ਤੁਹਾਨੂੰ ਮੈਂ ਦੱਸਦਾ ਵੀ ਕਿੱਦਾਂ ਪੈਣੀ ਨੇ। ਬਹੁਤ ਆਉਣ ਲਈ ਮੈਂ 4-5 ਮਿੰਟ ਲੱਗਦੇ ਆ ਚੈਨਾ ਪਾਉਣ ਨੂੰ। ਕਰਦੇ ਹਾਂ ਕਈ ਵਾਰ ਟਰੱਕ, ਜਦੋਂ ਸਿੰਗਲ ਬੰਦਾ ਹੁੰਦਾ ਹੈ ਨਾ, ਜਦੋਂ ਟੀਮ 'ਚ ਹੁੰਦੇ ਆ ਫਿਰ ਈਜ਼ੀ ਹੁੰਦਾ, ਕਿਉਂਕਿ ਇੱਕ ਟਰੱਕ 'ਚ ਬੈਠਾ ਹੁੰਦਾ, ਉਹ ਤੂੰ ਇਸ਼ਾਰਾ ਕਰ ਦਿੰਦਾ ਮਗਰੋਂ ਵੀ ਅੱਗੇ ਕਰ ਲਾ, ਪਿੱਛੇ ਕਰ ਲਾ, ਅੱਗੇ ਕਰ ਲਾ, ਪਿੱਛੇ ਕਰ ਲਾ, ਹੈ ਨਾ। ਅਤੇ ਕਈ ਵਾਰ ਜਦੋਂ ਆਪਾਂ ਸਿੰਗਲ ਹੁੰਦੇ ਹਾਂ ਉਦੋਂ ਬਹੁਤ ਔਖਾ ਹੁੰਦਾ, ਹੈ ਨਾ। ਮੈਨੂੰ ਪਤਾ ਨਹੀਂ ਹੈਗਾ, ਜਾਣੀ ਕਿ ਮੈਨੂੰ ਟਰੱਕਿੰਗ 'ਚ ਆਏ ਨੂੰ ਸਾਲ ਕੇ ਹੋਇਆ, ਅਤੇ ਜਿਹੜੇ ਜ਼ਿਆਦਾ ਇਹ ਕੰਮ 'ਚ ਆ, ਕੀ ਪਤਾ ਉਹਨਾਂ ਦਾ ਜ਼ਿਆਦਾ ਐਕਸਪੀਰੀਅੰਸ ਹੋਵੇ, ਜਲਦੀ ਪਾ ਲੈਂਦੇ ਹੁਣ, ਹੈ ਨਾ, ਇਹ ਕੰਮ ਉਹਨਾਂ ਨੂੰ ਔਖਾ ਲੱਗੇ। ਪਰ ਜਿਹੜੇ ਨਵੇਂ ਆਏ ਉਹਨਾਂ ਲਈ ਆ, ਜਿਹੜੇ ਮੇਰੇ ਵਰਗੇ ਆ ਨਾ, ਨਵੇਂ ਡਰਾਈਵਰ ਆ, ਜਿਹੜੇ ਮੇਰੇ ਵੀਰਾਂ ਨੂੰ ਆਉਂਦੀਆਂ ਨੇ, ਉਹ ਆ ਕੇ ਇੱਥੇ ਗਿਆਨ ਨਾ ਵੰਡਿਓ, ਠੀਕ ਹੈ ਨਾ। ਜੇ ਤੁਹਾਨੂੰ ਸਹੀ ਲੱਗੂ ਕਮੈਂਟ ਜ਼ਰੂਰ ਕਰ ਦਿਓ, ਅਤੇ ਜਿਹੜੇ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ। ਆ ਜਾਓ ਫਿਰ ਹੁਣ ਜਲਦੀ ਜਲਦੀ ਆਪਾਂ ਚੈਨਾ ਪਾਈਏ। ਇਹ ਲੱਕੜ ਦਾ ਬਾਲਾ ਆਪਾਂ ਹੋਮ ਡੀਪੂ 'ਚੋਂ ਕਟਾ ਕੇ ਲੈ ਕੇ ਆਉਂਦਾ, ਇਹ ਹੋਮ ਡੀਪੂ ਦੇ ਵਿੱਚੋਂ ਮਿਲ ਜਾਂਦਾ। ਇਹ ਕੁਲਵੀਰ ਭਰਾ ਨੇ ਆਪਾਂ ਨੂੰ ਗਿਫਟ ਕੀਤਾ। ਇਹਦੇ ਨਾਲ ਆਪਾਂ ਇਹਨੂੰ ਟਾਇਰ ਦੇ ਅੰਦਰਲੀ ਸਾਈਡ ਰੱਖ ਦੇਣਾ, ਅਤੇ ਟਰੱਕ ਨੂੰ ਸਟਾਰਟ ਕਰਕੇ ਅੱਗੇ ਨੂੰ ਤੋਰ ਲੈਣਾ ਅੰਦਰਲੇ ਟਾਇਰ ਦੇ ਮੂਹਰੇ, ਅਤੇ ਜਦੋਂ ਟਰੱਕ ਇਹਦੇ ਉੱਪਰ ਚੜ੍ਹ ਗਿਆ ਆਪਾਂ ਟਰੱਕ ਨੂੰ ਰੋਕ ਦੇਣਾ, ਅਤੇ ਆ ਕੇ ਫਿਰ ਆਪਾਂ ਨੇ ਜਿਹੜੀ ਚੈਨ ਹੈ ਇਹਦੇ ਉੱਪਰ ਦੀ ਉਹ ਰੋਲ ਕਰ ਦੇਣੀ ਆ। ਪਹਿਲਾਂ ਆਪਾਂ ਨੇ ਜਿਹੜਾ ਇਹਦਾ ਅੰਦਰਲਾ ਲੌਕ ਆ ਨਾ ਉਹਨੂੰ ਲਾਉਣਾ, ਅਤੇ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਇਹਦਾ ਬਾਹਰਲਾ ਲੌਕ ਆ ਇਹ, ਅਤੇ ਇਹਨੂੰ ਲਾਉਣਾ। ਚੈਨਾ ਪਾਉਣ ਲੱਗੇ ਇੱਕ ਚੀਜ਼ ਦਾ ਧਿਆਨ ਰੱਖਣੀ ਆ, ਆਹ ਚੀਜ਼ ਆ, ਇਹ ਗੁੱਡੀ ਤੋਂ ਬਾਹਰ ਹੋਣੀ ਚਾਹੀਦੀ ਆ, ਅੰਦਰਲੀ ਸਾਈਡ ਨੂੰ ਨਹੀਂ ਹੋਣੀ ਚਾਹੀਦੀ, ਫਿਰ ਟਾਇਰ ਵੱਢ ਦਿੰਦੀ ਆ। ਆਹ ਚੀਜ਼ ਬਾਹਰ ਨੂੰ ਹੋਣੀ ਚਾਹੀਦੀ ਆ, ਟਾਇਰ ਜਿਹੜੀ ਚੈਨ ਆ ਉਹ ਦੇਖ ਲੈਣੀ ਆ ਵੀ ਦੋਵੇਂ ਪਾਸਿਓਂ ਇੱਕ ਬਰਾਬਰ ਹੋਣੀ ਚਾਹੀਦੀ, ਵੀ ਕਿਤੇ ਉੱਤਰ ਨਾ ਜਾਵੇ। ਫਿਰ ਆਪਾਂ ਪਾਨਾ ਲੈਣਾ, ਅਤੇ ਪਾਨੇ ਨਾਲ ਇਹਨੂੰ ਕੱਸਣਾ। ਪਹਿਲਾਂ ਧਿਆਨ ਰੱਖਣਾ ਵੀ ਸਾਰੀਆਂ ਓਪਨ ਹੋਣੀਆਂ ਚਾਹੀਦੀਆਂ ਨੇ, ਜਿੱਦਾਂ ਕਸੀ ਹੋਈ ਆ ਹੈ ਨਾ, ਇਹਨੂੰ ਓਪਨ ਕਰ ਲੈਣਾ ਸਾਰੀਆਂ ਨੂੰ। ਆਹ ਵੀ ਓਪਨ, ਆਹ ਵੀ ਓਪਨ, ਆਹ ਵੀ ਓਪਨ ਆ, ਹੈ ਨਾ। ਅਤੇ ਫਿਰ ਇਹਨੂੰ ਚੰਗੀ ਤਰ੍ਹਾਂ ਇੱਥੋਂ ਕੱਸ ਲੈਣਾ, ਫਿਰ ਉਦੋਂ ਬਾਅਦ ਟਾਈਟ ਕਰਨੀਆਂ ਨੇ ਆਪਾਂ ਨੇ। ਰੱਖਿਓ ਜਦੋਂ ਇਹ ਆਪਾਂ ਨੇ ਪਾਉਣੀਆਂ ਨੇ, ਇਹਦੇ ਜਿਹੜੇ ਮੂੰਹ ਨੇ ਉਹ ਵੀ ਬਾਹਰ ਨੂੰ ਹੋਣੇ ਚਾਹੀਦੇ ਨੇ, ਤਾਂ ਕਿ ਜਿਹੜੇ ਟਾਇਰ ਦੇ ਵਿੱਚ ਨਾ ਇਹ ਗੁੜ ਸਕਣ। ਜਿੱਦਾਂ ਇਹਦਾ ਮੂੰਹ ਬਾਹਰ ਨੂੰ ਹੋਣਾ ਚਾਹੀਦਾ, ਅੰਦਰ ਦੀ ਇਹਨਾਂ ਨੂੰ ਪਾਉਣਾ ਆਪਾਂ ਨੇ ਚੈਨ ਦੇ ਅੰਦਰਲੀ ਸਾਈਡ ਦੀ। ਮੈਨੂੰ ਤਾਂ ਇਹ ਤਰੀਕਾ ਬਹੁਤ ਈਜ਼ੀ ਲੱਗਿਆ, ਅਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਲੱਗਿਆ। ਜੇ ਕੋਈ ਮੈਂ ਕੁਛ ਗਲਤ ਕੀਤਾ ਤਾਂ ਵੀ ਜ਼ਰੂਰ ਦੱਸਿਓ ਮੈਨੂੰ ਕਮੈਂਟਾਂ ਦੇ ਵਿੱਚ, ਇਹ ਇੱਦਾਂ ਹੋ ਜਾਣਾ ਸੀ। ਸੋ ਜਿਹੜੇ ਚੈਨਲ 'ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ, ਥੈਂਕ ਯੂ।